अमृतसर के वल्ला इलाके में हैवानियत का नंगा नाच सामने आया, जहां 9 वर्ष की बच्ची के साथ 28 वर्ष के युवक ने दुष्कर्म किया। पारिवारिक मेंबरों का कहना है कि पड़ोस में रहने वाले 28 वर्ष के साजिद ने उनकी बच्ची को अपने घर पर बुलाया और उसके साथ दुष्कर्म किया। जी की नाम है जी? दादा मेरा नाम राज है पाजी। केड़ा इलाका जी? इलाका बग्गूवाणा पत्ती। की पूरी गल होई है जी? पाजी मैं काम तो आई हां 7 बजे, मेरी गुड़िया नहा के मैनू कहंदी मम्मा तू सब्जी बना, मैं आनी हां 2 मिनट। नहा नू के मैं बाहर भेज दिता, बाद दे विच उहनां दी गुड़िया ही छोटी जी उहदे नाल खेडण डै पई जाके किते। मैं बोलिया भी ही इहनू, मैं कहा तू जाई ना किते भी, अद्धी रात हो गई, ज़्यादा नेरा ना ला के आई। तो उन्होंने घर गई आ, उन्हों की भाभी जी भरा चले गए, तो वह मतलब जो चले गए तो इनू कहिंदा लक घुट दे, तो यह लक घुटन डे पी आ। बाद जो कोई देखा वा भी नहीं कोई घर हैगा तो इनू अंदर लै गया, तो बाद चो ये हरकत गंदी की इन्हे। तुहानू कितना पता लगा जी? मैनू भाजी पता लगा, मैनू इन्हें नहीं दस्या भी, गुड़िया ने नहीं कुछ भी दस्या, मैनू गवांडियां दी गुड़िया ने दस्या वा सारा कुछ भी। फिर मैनू हौली हौली बकाया, मैं कहा दस दे भी, फिर मैं मतलब कि पुलिस नू दस दांगी ते आपे वह पुछ लैणगे। ते फिर ये मुड़ के रो रो के मैनू दस्या भी मम्मा हाँ ठीक आ, ये गल होई आ। प्रशासन को की मंग करदे तुसी? हाँ जी मैं तो यही मंग करदी भी मेरी मदद करो भी सारे जाने। छोटी बच्ची 9 साल दी है, ਉਹਦੀ ਮਾਤਾ ਅਜੇ ਸਾਡੇ ਕੋਲ ਆਈ ਹੈ ਅਜੇ, ਅਤੇ ਮਗਰ ਮਗਰ ਤੁਸੀਂ ਆ ਗਏ ਜੇ, ਜਿਵੇਂ ਮੈਨੂੰ ਤਾਂ ਲੱਗਦਾ ਤੁਸੀਂ ਨਾਲ ਨਾਲ ਹੀ ਆ ਰਹੇ ਹੋ। ਅਤੇ ਉਹਨੇ ਦੱਸਿਆ ਕਿ ਮੇਰੀ ਬੇਟੀ ਨਾਲ ਸਾਜਨ ਨਾਂ ਦਾ ਲੜਕਾ ਹੈ ਸਾਡੇ ਪਿੰਡ ਦਾ, ਸਾਡੇ ਘਰ ਲੱਗੇ ਰਹਿੰਦਾ ਹੈ, ਅਤੇ ਉਹਨੇ ਕੋਈ ਗਲਤ ਕੰਮ ਕੀਤਾ ਹੈ। ਹੁਣ ਉਹਦੇ ਲੇਡੀਜ਼ ਦੇ ਬਿਆਨ ਰਾਜਕੋਟ ਦੇ ਲਿਖਣ ਲੱਗੇ ਹਾਂ, ਬਿਆਨ ਲਿਖ ਕੇ ਜੋ ਕਾਨੂੰਨੀ ਕਾਰਵਾਈ ਕਰਾਂਗੇ ਜੀ। ਸਰ ਲੜਕੀ ਦੀ ਮਾਂ ਦਾ ਕਹਿਣਾ ਜੀ ਹੁਣ ਸਾਨੂੰ ਧਮਕੀਆਂ ਆ ਰਹੀਆਂ, ਕੋਈ ਉਹਦੇ ਰਾਜਨੀਤੀ ਰਿਲੇਸ਼ਨ ਹੈਗੇ ਜੀ? ਦੇਖੋ ਤੁਹਾਨੂੰ ਉਹਨਾਂ ਨੇ ਦੱਸਿਆ, ਜੇ ਤੁਹਾਨੂੰ ਮਿਲੇ ਹੋਣਗੇ ਤਾਂ ਤੁਹਾਨੂੰ ਦੱਸਿਆ, ਸਾਨੂੰ ਉਹਨਾਂ ਨੇ ਨਹੀਂ ਦੱਸਿਆ। ਸਾਡੇ ਜੋ ਸਟੇਟਮੈਂਟ ਦੇਣਗੇ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ, ਸਾਡੇ ਧਿਆਨ 'ਚ ਵੀ ਗੱਲ ਕੋਈ ਨਹੀਂ। ਇਹ ਸਮਝੋ ਨੇ ਇਹਨਾਂ ਨੇ ਦੱਸਿਆ ਹੈ ਕਿ 22 ਤਰੀਕ ਨੂੰ ਮੇਰੀ ਬੇਟੀ ਨਾਲ ਗਲਤ ਕੰਮ ਹੋਇਆ ਹੈ। ਮੁੰਡੇ ਦੀ ਕਿੰਨੀ ਉਮਰ ਦੱਸੀ ਜਾ ਰਹੀ? ਉਮਰ ਕਰੀਬ 22 ਸਾਲ ਦੀ ਦੱਸੀ ਜਾ ਰਹੀ ਹੈ ਜੀ, ਅਤੇ ਜਿਹੜੀ ਛੋਟੀ ਬੱਚੀ ਹੈ ਉਹ ਮਾਈਨਰ ਹੈ, 9 ਸਾਲ ਦੀ ਹੈ ਜੀ। ਮੈਡੀਕਲ ਹੋ ਰਿਹਾ ਜੀ ਇਹਦਾ? ਨਹੀਂ ਜੀ, ਜਿਹੜੇ ਬਿਆਨ ਦੇਣ ਲੱਗੇ ਨੇ, ਬਿਆਨ ਦਿੰਦੇ ਨੇ, ਕੇਸ ਰਜਿਸਟਰ ਕਰਦੇ ਹਾਂ, ਅਤੇ ਫਿਰ ਕੇਸ ਰਜਿਸਟਰ ਕਰਕੇ ਮੈਡੀਕਲ ਕਰਾਵਾਂਗੇ, ਜੋ ਪ੍ਰੋਸੈਸ ਹੈਗਾ ਸਾਰਾ ਕਾਨੂੰਨ ਦਾ ਸਾਰਾ ਡਾਕਟਰ ਕਰਾਂਗੇ। ਨਹੀਂ ਅਜੇ ਜੀ ਇਹਦੇ ਬਿਆਨ ਲਿਖਾਂਗੇ, ਦਰਜ ਕਰਾਂਗੇ, ਅਤੇ ਫਿਰ ਹੀ ਅਰੈਸਟ ਕਰਾਂਗੇ ਕਿਸੇ ਨੂੰ। ਅਜੇ ਕਿ ਉਹ ਬਿਆਨ ਦੇਣੇ ਨੇ, ਉਹਨਾਂ ਨੇ ਬਿਆਨ ਦੇਣਗੇ, ਜੋ ਉਹਦੇ ਨਾਲ ਕਾਰਵਾਈ ਕਰਾਂਗੇ। ਅਰੈਸਟ ਕਰਨਾ ਸਾਡੀ ਡਿਊਟੀ ਬਣਦੀ ਹੈ। ਮੇਰੇ ਕੋਲ ਬੈਠੇ ਨੇ ਮੈਡਮ ਸਬ ਇੰਸਪੈਕਟਰ ਗੁਰਮੇਲ ਕੌਰ ਜੀ, ਅਤੇ ਇਹ ਕਾਰਵਾਈ ਕਰਨ ਲਈ ਬੈਠੇ ਨੇ, ਅਤੇ ਜਿਹੜੀ ਕਾਨੂੰਨੀ ਕਾਰਵਾਈ ਅਸੀਂ ਸਾਰੀ ਕਰਨੀ, ਟੋਟਲ ਲਿਆ ਜਾਣਾ, ਖਾਣਾ ਹੀ ਕੋਈ ਨਹੀਂ ਕਿਸੇ ਦਾ ਹੈਗਾ। ਠੀਕ ਸਰ। ਬਿਊਰੋ ਰਿਪੋਰਟ, ਲਾਈਵ ਭਾਰਤ।